ਸਬਜ਼ੀ ਤਾਂ ਬਣ ਗਈ, ਫੁਲਕੇ ਜਦੋਂ ਖਾਣੇ ਹੋਣਗੇ ਇਹਨਾਂ ਨੇ ਤਾਂ ਲਾ ਦਾਂਗੇ। ਹਾਂਜੀ, ਕੀ ਸਬਜ਼ੀ ਬਣਾਈ ਹੈ? ਹਾਂਜੀ। ਕਿਹੜੀ? ਆਲੂ ਮਟਰ। ਪਨੀਰ ਵੀ ਪਾ ਲਿਆ ਵਿੱਚ? ਲਿਆ ਕੇ ਦਿੱਤਾ। ਚੱਲ ਛੱਡ, ਹੁਣ ਗੁੱਸਾ ਹੀ ਕਰੀ ਰੱਖਣਾ। ਕੀ ਛੱਡਾਂ ਯਾਰ, ਕੀ ਛੱਡਾਂ ਦੱਸੋ। ਗੁੱਸੇ ਵਾਲੀਆਂ ਗੱਲਾਂ ਕਰਦੇ ਜੇ ਤਾਂ ਗੁੱਸਾ ਚੜ੍ਹਦਾ ਵਾ। ਐਡੀਆਂ ਵੱਡੀਆਂ ਚੋਰ ਮਚੋਰੀਆਂ, ਅਜੇ ਤਾਂ ਪਤਾ ਨੀ ਕਿੰਨੀਆਂ ਚੋਰੀਆਂ ਹੋਰ ਰੱਖੀਆਂ ਹੋਈਆਂ ਵਾ, ਜਿਨ੍ਹਾਂ ਦਾ ਮੈਨੂੰ ਪਤਾ ਲੱਗਣਾ ਹੌਲੀ ਹੌਲੀ। ਹੋਰ ਕੋਈ ਚੋਰੀ ਨੀ ਗੀ, ਸਾਰੀ ਦੁਨੀਆਂ ਕਰਦੀ, ਮੈਂ ਵੀ ਮਾੜਾ ਜਿਹਾ ਝੂਠ ਬੋਲਿਆ ਤੇ ਕੀ ਆ। ਅਮਨੇ ਮਾੜਾ ਜਿਹਾ ਝੂਠ ਨਹੀਂ ਆ, ਤੁਹਾਨੂੰ ਪਤਾ ਵਾ ਕਿ ਮੈਂ ਤੁਹਾਡੇ ਨਾਲ ਕਿੰਨਾ ਪਿਆਰ ਕਰਦੀ ਸੀ, ਤੇ ਮੈਨੂੰ ਐਂ ਲੱਗਾ ਸੀ ਵੀ ਜੋ ਕੁਛ ਵੀ ਤੁਸੀਂ ਬੋਲਦੇ ਹੋ ਨਾ ਉਹ ਸੱਚ ਬੋਲਦੇ ਹੋ। ਇਹੋ ਜਿਹੀ ਕੋਈ ਗੱਲ ਨਹੀਂ ਆ ਕਿ ਮੇਰੇ ਤੋਂ ਤੁਸੀਂ ਕੋਈ ਵੀ ਪਰਦਾ ਰੱਖਿਆ ਹੋਊਗਾ। ਯਾਰ ਮੈਂ ਵੀ ਤੈਨੂੰ ਪਿਆਰ ਕਰਦਾ ਵਾਂ, ਇਸੇ ਕਰਕੇ ਮੈਂ ਇੰਨੇ ਝੂਠ ਬੋਲਿਆ ਆਪਣਾ ਕਿ ਚੱਲ ਤੈਨੂੰ ਥੋੜ੍ਹੀ ਜਿਹੀ ਖੁਸ਼ੀ ਹੋ ਗਈ, ਮੈਨੂੰ ਥੋੜ੍ਹੀ ਪਤਾ ਸੀ ਕੰਮ ਹੀ ਖਰਾਬ ਹੋ ਜਾਣਾ ਸਾਰਾ। ਤੁਹਾਨੂੰ ਪਤਾ ਇੱਕ ਝੂਠ ਬੋਲਣ ਨਾਲ ਨਾ ਮੁੜ ਕੇ ਪਤਾ ਨਹੀਂ ਸਾਨੂੰ ਕਿੰਨੇ ਝੂਠ ਬੋਲਣੇ ਪੈਂਦੇ ਆ, ਉਹ ਕੰਮ ਸਾਰਾ ਖਰਾਬ ਹੋ ਜਾਂਦਾ ਵਾ। ਨਾਲੇ ਤੁਸੀਂ ਮੈਨੂੰ ਸੱਚਾਈ ਦੱਸ ਦਿੰਦੇ, ਮੈਂ ਇਹ ਨਹੀਂ ਤੁਹਾਨੂੰ ਕਹਿਣ ਦੀ ਕਿ ਤੁਹਾਡਾ ਬੜਾ ਕੁਛ ਹੁੰਦਾ, ਮੈਂ ਫੇਰ ਹੀ ਤੁਹਾਡੇ ਨਾਲ ਵਿਆਹ ਕਰੂੰਗੀ, ਮੈਂ ਲਾਲਚੀ ਨਹੀਂ ਹੈਗੀ। ਪਰ ਜੋ ਹੈਗਾ ਬੰਦਾ ਉਹ ਸੱਚ ਸੱਚ ਦੱਸੇ ਵੀ ਮੇਰਾ ਆਹ ਹੈਗਾ ਏ, ਜੇ ਤੂੰ ਮੇਰੇ ਨਾਲ ਵਿਆਹ ਕਰਾਉਣਾ ਕਰਾ ਲਾ, ਨਹੀਂ ਕਰਾਉਣਾ ਤੇ ਤੇਰੀ ਮਰਜ਼ੀ। ਚੱਲ ਹੋ ਗਈ ਗਲਤੀ, ਹੁਣ ਛੱਡ। ਹੁਣ ਉਹ ਤੇ ਉਹ ਆ ਗਿਆ ਮਾਲਕ, ਨਹੀਂ ਤੇ ਭੇਤ ਤੇ ਅਜੇ ਵੀ ਨਹੀਂ ਖੁੱਲਣਾ। ਆਪਾਂ ਪਤਾ ਨਹੀਂ ਹੋਰ ਕਿੰਨੇ ਕਿੰਨੇ ਲਿਫਾਫੇ ਬਣਾਉਣੇ ਨੇ ਹਲੇ। ਚੱਲ ਛੱਡ, ਮੰਮੀ ਦਾ ਫੋਨ ਆਇਆ, ਮੈਂ ਮੰਮੀ ਨਾਲ ਚੱਲਾਂ। ਮੈਂ ਮੰਮੀ ਜੀ ਦਾ ਕੀ ਕਹਿੰਦੇ? ਉਹ ਵੈਸੇ ਕਹਿੰਦੇ ਹੀ ਬੁਲਾਇਆ, ਕਹਿੰਦੇ ਆਓ। ਉਹਨਾਂ ਨੇ ਮੇਰੇ ਫੋਨ ਤੇ ਫੋਨ ਨਹੀਂ ਕੀਤਾ। ਤੂੰ ਨਹੀਂ ਚੁੱਕਿਆ ਨਾ, ਜਾਂ ਕਰ ਲਿਆ ਮੈਨੂੰ ਫੇਰ ਕੀ ਹੋ ਗਿਆ? ਮੈਂ ਮਨ ਉਹ ਨਹੀਂ ਕਹਿਣ ਦੀ ਵੀ ਤੁਹਾਨੂੰ ਕਿਉਂ ਕੀਤਾ ਵਾ, ਤੁਸੀਂ ਜਵਾਈ ਜੇ ਉਹਨਾਂ ਦੇ ਜਦੋਂ ਮਰਜ਼ੀ ਤੁਹਾਨੂੰ ਫੋਨ ਕਰਨ, ਪਰ ਮੇਰੇ ਫੋਨ ਤੇ ਤਾਂ ਫੋਨ ਨਹੀਂ ਆਇਆ ਕਿ ਤੁਸੀਂ ਆ ਜਾਓ ਇੱਧਰ, ਕੰਮ ਸੀ ਕੋਈ? ਮੈਂ ਤਾਂ ਜਾ ਕੇ ਪੁੱਛਦਾ ਵਾਂ ਕੀ ਕੰਮ ਹੈ ਫਿਰ। ਨਹੀਂ ਹੁਣ ਮੈਂ ਵੀ ਤੁਹਾਡੇ ਨਾਲ ਚੱਲੂੰਗੀ। ਚੱਲ ਵਾ ਫਿਰ। ਹਾਂ ਠੀਕ ਹੈ, ਤਿਆਰ ਹੀ ਹਾਂ ਮੈਂ। ਚਲੋ ਆਪੇ ਤੂੰ ਤੁਸੀਂ ਸੱਦਿਆ ਆਪਣੇ ਜਵਾਈ ਨੂੰ, ਦੱਸ ਫੋਨ ਨਾ ਕੁਝ। ਮੈਂ ਸੱਦਿਆ? ਮੈਂ ਕਿਹਨੂੰ ਕਦੋਂ ਕਿਹਾ ਫੋਨ ਕੀਤਾ? ਮੈਂ ਕਦੋਂ ਕੀਤਾ ਫੋਨ? ਅੱਛਾ ਫਿਰ ਆਪਾਂ ਐਵੇਂ ਆਂਟੀ ਬੇ ਹੈ ਤੇ ਹਾਏ ਹਾਏ ਆਪਣਾ ਘਰ ਜਦੋਂ ਮਰਜ਼ੀ ਆ ਤੂੰ, ਬਸ ਤੇਰਾ ਆਪਣਾ ਘਰ ਹੈ, ਇਹੋ ਤੇ ਗੱਲ ਹੈ, ਇੱਥੇ ਕਿਹੜਾ ਪੁੱਛਣ ਦੀ ਲੋੜ ਹੈ। ਹੋਰ ਸੁਣਾਓ, ਠੀਕ ਠਾਕ ਸਿਹਤ? ਮੇਰਾ ਬੱਚਾ ਠੀਕ ਹੈ? ਹਾਂਜੀ ਹਾਂਜੀ ਬਹੁਤ ਵਧੀਆ ਮੰਮੀ। ਕੀ ਹਾਲ ਮੈਨੂੰ ਕਮਜ਼ੋਰ ਕਮਜ਼ੋਰ ਪੈ ਲੱਗਦਾ? ਨਹੀਂ ਮੰਮੀ, ਨਹੀਂ ਮੰਮੀ ਕਮਜ਼ੋਰ ਨਹੀਂ, ਅੱਜ ਕੱਲ੍ਹ ਡਾਈਟਿੰਗ ਤੇ ਨਾ। ਤੇ ਹੁਣ ਡਾਈਟਿੰਗ ਕਰਕੇ ਕੀ ਕਰਨਾ? ਕੋਠੇ ਤੇ ਗਈ ਕੱਪੜੇ ਸੁਕਾਉਣ ਵਾਸਤੇ ਤੇ ਗਵਾਂਢੀ ਦੇ ਘਰ ਨਾ ਉੱਡ ਕੇ ਚਲੀ ਗਈ। ਉਹ ਕਹਿੰਦਾ ਤੁਹਾਡੀ ਚੀਜ਼ ਤੇ ਇੱਧਰ ਆ ਗਈ ਜੇ ਲੈ ਜਾਓ ਆ ਕੇ। ਜਿੰਨਾ ਦਿਲ ਕਰਦਾ ਮੰਮੀ ਖਾ ਲਈਦਾ ਵਾ। ਤੁਹਾਨੂੰ ਮੈਨੂੰ ਲੱਗਦਾ ਰੋਟੀ ਨਹੀਂ ਖਾਂਦੀ। ਰੋਟੀ ਘੱਟ ਖਾਂਦੀ ਹੈ। ਤੇ ਜ਼ਿੰਮੇਵਾਰੀ ਕਿਹਦੀ ਹੈ? ਉਹ ਕਹਿੰਦੀ ਮੈਂ ਸਲਿਮ ਹੋਣਾ ਵਾ, ਮੈਂ ਦੱਸੋ ਕੀ ਕਰਾਂ ਫਿਰ। ਚਲੋ ਹੋਣ ਦਿਓ। ਤੇ ਮੰਮੀ ਬੜੇ ਢਿੱਲੇ ਜੇ ਲੱਗਣ ਡਏ ਹੋ, ਕੋਈ ਗੱਲ ਹੈ? ਹਾਏ ਮੇਰਾ ਸਿਰ ਬੜਾ ਹੀ ਪੀੜ ਕਰਦਾ ਪਿਆ ਸ਼ੰਮੀ ਰਾਤ ਦਾ। ਤੇ ਸ਼ੋਲ ਕਿਉਂ ਨਹੀਂ ਲਿਆ ਸਿਰ ਤੇ ਮੰਮੀ? ਫਿਰ ਘਬਰਾਹਟ ਹੋਣ ਲੱਗ ਪੈਂਦੀ। ਹਾਂ ਤੇ ਦਵਾਈ ਦਵੂਈ ਲਿਆਂਦੀ ਆ? ਨਾ, ਰਾਤੀ ਪਹਿਲੇ ਤਾਂ ਦਾੜੀ ਪੀੜ ਹੋਣ ਲੱਗ ਪਈ, ਉਸ ਤੋਂ ਬਾਅਦ ਫਿਰ ਸਿਰ ਚ ਪੀੜ ਹੋਣ ਲੱਗ ਪਈ। ਤੁਸੀਂ ਕਿਹੜਾ ਮੈਨੂੰ ਫੋਨ ਕਰਕੇ ਦੱਸਿਆ ਵਾ ਕਿ
ਇਸੇ ਕਰਕੇ ਤੇ ਅਸੀਂ ਆਏ ਆ। ਚਲ ਤੁਸੀਂ ਬੈਠੋ, ਮੈਂ ਪਹਿਲੇ ਤੁਹਾਡੇ ਸਿਰੇ ਚਾਹ ਪਾਣੀ ਲੈ ਕੇ ਆਵਾਂ। ਮੈਂ ਬਣਾ ਕੇ ਲਿਆਵਾਂਗੀ ਚਾਹ। ਮੈਂ ਬਣਾ ਲੈਣੀ ਹੈ, ਤੂੰ ਬੈਠ, ਤੁਸੀਂ ਤਾਂ ਗੱਲਾਂ ਬਾਤਾਂ ਮਾਰੋ ਦੋਵੇਂ ਜਣੇ। ਹੋਰ ਸਭ ਠੀਕ ਠਾਕ ਹੈ ਨਾ? ਹਾਂਜੀ ਹਾਂਜੀ। ਮੰਮੀ ਠੀਕ ਹੈ? ਹਾਂਜੀ। ਲਿਆਉਣਾ ਸੀ ਨਾਲ ਉਹਨਾਂ ਨੂੰ। ਮੰਮੀ ਨਾ ਗਏ ਆ ਕੱਲ ਦੇ ਕਿਤੇ। ਵਿਮਲ ਠੀਕ ਹੈ? ਹਾਂਜੀ ਮੰਮੀ, ਸਭ ਠੀਕ ਨੇ। ਸ਼ੁਕਰ। ਤੇ ਬੈਠੋ, ਦੱਸੀ ਮੈਂ ਆਈ। ਹਾਂਜੀ ਹਾਂਜੀ। ਮੇਰੀ ਗੱਲ ਸੁਣੋ, ਤੁਸੀਂ ਤੇ ਆਖਣ ਡੇ ਸੀ ਵੀ ਮੰਮੀ ਨੇ ਇਹ ਫੋਨ ਕੀਤਾ, ਮੰਮੀ ਤੇ ਆਖਣ ਦੀ ਸਰਪ੍ਰਾਈਜ਼ ਹੈ। ਅੱਛਾ, ਮੰਮੀ ਵੀ ਤੁਹਾਡੇ ਨਾਲ ਰਲੀ ਹੋਣੀ ਆ, ਮੈਨੂੰ ਪਤਾ ਵਾ। ਤੇ ਹੋਰ ਕੀ ਦੇਤਾ ਸਰਪ੍ਰਾਈਜ਼? ਕੋਈ ਗੱਲ ਨਹੀਂ, ਪੁੱਛ ਰਹੀ ਹਾਂ ਕੀ ਸਰਪ੍ਰਾਈਜ਼ ਆ। ਮੰਮੀ ਜੀ, ਮੇਰੀ ਗੱਲ ਸੁਣ ਧਿਆਨ ਨਾਲ, ਤੁਸੀਂ ਅਮਨ ਨੂੰ ਕਿਹਾ ਸੀ ਵੀ ਇੱਥੇ ਆ ਕੰਮ ਆ ਕੋਈ? ਨਹੀਂ, ਮੈਂ ਤਾਂ ਕੋਈ ਫੋਨ ਨਹੀਂ, ਤੇ ਮੇਰੇ ਗੱਲ ਵੀ ਹੋਏ 3-4 ਦਿਨ ਹੋ ਗਏ, ਗੱਲ ਹੋਈ ਨਹੀਂ ਕੋਈ ਮੇਰੀ ਤੇ। ਉਹ ਤਾਂ ਮੈਨੂੰ ਆਉਂਦੇ ਵੀ ਮੰਮੀ ਨੇ ਸੱਦਿਆ ਵਾ ਅਸੀਂ, ਮੈਨੂੰ ਇਕੱਲੇ ਨੂੰ ਕੋਈ ਕੰਮ ਆ, ਅਤੇ ਉਹ ਤਾਂ ਮੈਂ ਆਪ ਆਖਿਆ ਪਿਆ ਮੈਂ ਵੀ ਨਾਲ ਜਾਣਾ ਵਾ, ਕੀ ਕੰਮ ਆ? ਮੈਂ ਕਿਹਾ ਤੁਸੀਂ ਬੁਲਾਇਆ ਘਰੇ? ਨਾ। ਅੱਛਾ, ਕੋਈ ਫੋਨ ਕੀਤਾ? ਤੈਨੂੰ ਕੀ ਕਹਿੰਦੇ? ਨਹੀਂ, ਮੈਨੂੰ ਆਉਂਦੇ ਸੀ ਵੀ ਘਰ ਜਾਣਾ ਵਾ ਇਹ ਕੰਮ। ਅੱਛਾ, ਫਿਰ ਆਪਣੇ ਕੋਲੋਂ ਕਹਿਤਾ ਹੋਣਾ ਉਹਨਾਂ ਨੇ, ਦਿਲ ਕਰਦਾ ਹੋਣਾ ਉਹਨਾਂ ਦਾ। ਹਾਂਜੀ ਹਾਂਜੀ। ਚਲੋ, ਆਪਣਾ ਘਰ ਹੈ, ਕਿਹੜੀ ਸ਼ਰਮਾਨ ਹੈ, ਜੋ ਮਰਜ਼ੀ ਆ, ਇਹਦੇ 'ਚ ਕਿਹੜਾ ਪੁੱਛਣ ਦੀ ਲੋੜ? ਮੰਮੀ, ਉਹ ਤਾਂ ਸਭ ਠੀਕ ਆ, ਮੈਨੂੰ ਬਸ ਆਹ ਡਰ ਲੱਗਣ ਡਿਆ ਸੀ ਵੀ ਕਿਤੇ ਤੁਸੀਂ ਦੱਸ ਨਾ ਦਿਓ ਜ਼ਮੀਨ ਜ਼ਮੂਨ ਵੱਲੋਂ, ਉਹ ਆਪਾਂ ਅਜੇ ਨਹੀਂ ਦੱਸਣਾ ਹੈਗਾ, ਆਪਾਂ ਸਰਪ੍ਰਾਈਜ਼ ਰੱਖਣਾ ਵਾ, ਕਿਤੇ ਫੇਲ ਨਾ ਕਰ ਦਿਓ ਸਾਰਾ ਕੁਛ। ਲੱਗੀ, ਮੈਂ ਤੇਰੀ ਮਰਜ਼ੀ ਤੋਂ ਬਿਨਾਂ ਕਿਸੇ ਨੂੰ ਦੱਸ ਸਕਦੀ ਹਾਂ? ਹਾਂ। ਨਹੀਂ, ਤੇਰੀ ਤਾਈ ਨੂੰ ਪਤਾ ਲੱਗ ਗਿਆ ਸੀ? ਤਾਈ ਜੀ ਨੂੰ? ਉਹਨਾਂ ਨੂੰ ਕਿਹਨੇ ਦੱਸਤਾ? ਨਹੀਂ ਪਤਾ, ਉਹ ਤੇ ਘਰ ਆ ਗਏ ਦੋਵੇਂ ਜਣੇ, ਸਾਹਿਲ ਵੀ ਤੇ ਤਾਈ ਵੀ। ਫਿਰ ਕਹਿੰਦੇ ਤੂੰ ਸਾਡੇ ਕੋਲ ਜਿੰਨੇ ਮਰਜ਼ੀ ਲਗਾ ਰੱਖੇ। ਮੈਂ ਕਿਹਾ ਕਾਹਦਾ ਲਗਾ? ਹਾਂ। ਕਹਿੰਦੇ ਜ਼ਮੀਨ ਤੁਹਾਨੂੰ ਇੰਜ ਹੋ ਗਈ, ਮਿਲ ਗਈ ਹੈ, ਹੁਣ ਤੇ ਤੁਸੀਂ ਹੋਰ ਮਾੜਾ ਮਾਲ ਹੋ ਗਏ ਜੀ। ਤੇ ਭਾਈ ਗੱਲ ਪਲਟੀ, ਮੈਂ ਕਿਹਾ ਮੈਂ ਖਾਲੀ ਥੋੜਾ ਤੁਹਾਨੂੰ ਖੁਸ਼ਖਬਰੀ ਸੁਣਾਉਣੀ ਸੀ, ਮੈਂ ਕਿਹਾ ਡੱਬਾ ਲੈ ਕੇ ਆਵਾਂਗੀ ਫਿਰ ਸੁਣਾਵਾਂਗੀ। ਚੰਗਾ ਕੀਤਾ ਤੁਸੀਂ ਗੱਲ ਸਾਂਭ ਲਈ ਆ। ਉਹ ਤੇ ਘਰ ਆ ਗਏ। ਦੱਸ ਇਹ ਕਿੱਥੋਂ ਸੁਣਾ ਲੈਂਦੇ ਫਿਰਦੇ ਆ, ਇਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ? ਮੈਨੂੰ ਤਾਂ ਸਾਹਿਲ ਨੂੰ ਕਿੱਥੋਂ ਪਤਾ ਲੱਗਾ ਹੋਣਾ। ਪਰ ਬੜਾ ਤੇਜ ਆ ਸਾਹਿਲ। ਹਾਂ, ਉਹ ਘਰ ਆ ਗਏ, ਡਾਇਰੈਕਟ ਹੀ ਘਰ ਆ ਗਏ ਤੇ ਮਾਂ ਪੁੱਤ। ਮੰਮੀ ਲਵਟ ਹੀ ਰਿਹਾ ਉਹਨਾਂ ਤੋਂ, ਠੀਕ ਹੈ? ਆਹੋ, ਕੰਮ ਕਰਾਓ, ਮੈਂ ਨਹੀਂ ਕਹਿੰਦੀ ਕੰਮ ਨਾ ਕਰਾਓ, ਪਰ ਪੂਰਾ ਲਿਖਤ ਪੜ੍ਹਤ ਮੇਰੇ ਕੋਲ ਕਰਾ ਕੇ ਫਿਰ ਤੁਸੀਂ ਸਾਈਨ ਕਰਨੇ ਆ, ਕਿਤੇ ਸਾਈਨ ਨਹੀਂ ਕਰਨਾ। ਮੈਂ ਕਹਿੰਦਾ, ਮੈਂ ਕਿਹਾ ਸ਼ਮੀ ਨੂੰ ਹੀ ਫੋਨ ਆਇਆ। ਆਹੋ, ਉਹਨੂੰ ਹੀ ਪਤਾ, ਉਹਨੇ ਮੈਨੂੰ ਅੱਜ ਹੀ ਦੱਸਿਆ ਫੋਨ ਕਰਕੇ। ਤੈਨੂੰ ਕਹਿੰਦਾ ਤੂੰ ਕਹੀਂ ਮੈਨੂੰ ਸਭ ਤੋਂ ਪਤਾ ਸੀਗਾ, ਤੇ ਮੰਮੀ ਨੂੰ ਕੋਈ ਨਹੀਂ ਦੱਸ ਲਾਂਗੀ, ਕੋਈ ਨਹੀਂ ਗੱਲ, ਮੈਂ ਸਾਂਭ ਲੂੰਗੀ, ਕੋਈ ਗੱਲ ਨਹੀਂ, ਮੈਨੂੰ ਜਾ ਚ ਸਾਂਭ। ਤੂੰ ਆਪੇ ਸਾਂਭ ਲਈ ਸਾਰਿਆਂ ਨੂੰ, ਮੈਂ ਨਹੀਂ ਕਿਸੇ ਅੱਗੇ ਵੀ ਗੱਲ ਕੀਤੀ। ਚੰਗਾ ਕੀਤਾ ਜੀ। ਆਹੋ, ਤੇ ਮੈਂ ਫੋਨ ਨਹੀਂ ਕੀਤਾ ਅਮਨ ਨੂੰ। ਠੀਕ ਹੈ, ਤੇਰੀ ਮਰਜ਼ੀ ਤੋਂ ਬਿਨਾਂ ਥੋੜ੍ਹਾ ਕੋਈ ਕੰਮ ਕਰੂੰਗੀ। ਬਾਕੀ ਮੰਮੀ ਜੇ ਦੁਕਾਨ ਕਹਿਣਗੇ ਨਾ ਅੱਜ ਤੁਹਾਨੂੰ, ਤੇ ਚੱਲ ਦੁਕਾਨ ਦੇ ਦਿਓ, ਮਾਲ ਪਾਉਣਾ ਚਾਹੁੰਦੇ ਆ, ਚੱਲ ਕਰਨ ਦਿਓ ਕੰਮ ਕੋਈ ਨਾ ਕੋਈ, ਕਹਿ ਦਿਓ ਕਿ ਲੈ ਲਾ ਕੋਈ ਦੇਵੀ। ਹਾਂ ਦੇ ਦਿਓ, ਚੱਲ ਚੱਲ। ਅੱਗੇ ਤੋਂ ਤੁਹਾਡੀ ਤਬੀਅਤ ਨਹੀਂ ਨਾ ਸਹੀ ਹੋਊਗੀ ਤੇ ਤੁਸੀਂ ਉਸੇ ਵੇਲੇ ਮੈਨੂੰ ਫੋਨ ਕਰਨਾ ਵਾ। ਮੈਂ ਫੋਨ ਕਰ ਲਗਾ, ਫਿਰ ਮੈਂ ਜੇ ਸੁੱਤੇ ਡਿਸਟਰਬ ਹੋਊਗੇ। ਇਹਨੂੰ ਕਹਿੰਦੇ ਪਿਆਰ, ਖੜਕਾ ਦੇ ਲੈ, ਦਿਲ ਨੇ ਪਹਿਲੇ ਕਹਿਤਾ ਮਾਂ ਸਾਡੀ ਠੀਕ ਨਹੀਂ ਹੈਗੀ। ਮੈਂ ਤਾਈ ਨੂੰ ਸਵੇਰੇ ਕਿਹਾ, ਮੈਂ ਕਿਹਾ ਚੱਲੀਏ ਮੰਮੀ ਵੱਲ।
ਚੰਗਾ ਕੀਤਾ, ਇਹ ਤਾਂ ਬਹੁਤ ਵਧੀਆ ਕੀਤਾ, ਵੇਖ ਲਾ ਮੇਰਾ ਪੁੱਤ ਕਿੰਨਾ ਸਿਆਣਾ ਹੈ, ਐਵੇਂ ਕਹਿੰਦੀਆਂ ਰਹਿੰਦੀਆਂ ਨੇ। ਮੈਂ ਤਾਂ ਝੂਠ ਹੀ ਬੋਲਦਾ, ਮੈਂ ਕਿਹਾ ਮੰਮੀ ਨੂੰ ਜਵਾਈ ਕਿਹਦਾ ਮੰਮੀ ਫਿਰ ਮੇਰਾ, ਹਾਂ ਉਹ ਤੇ ਸਿਆਣਾ ਹੀ ਹੋਣਾ ਫਿਰ, ਬਿਲਕੁਲ ਸਿਆਣਾ ਹੈ ਨਾ, ਅਭੀ ਮਾਂ ਤੇ ਹੀ ਜਾਣਾ ਹੈ। ਹਾਂਜੀ, ਹੋਰ ਬਾਕੀ ਸਾਰਿਆ ਠੀਕ ਠਾਕ ਚੱਲਦਾ ਪਿਆ? ਪਰ ਮੈਂ ਨਾ ਇੱਕ ਗੱਲ ਸੋਚਣ ਦਿਆ ਹਾਂ, ਅਸੀਂ ਉੱਧਰ ਰਹਿੰਦੇ ਦੂਰ, ਤੁਸੀਂ ਇੱਥੇ ਇਕੱਲੇ ਹੁੰਦੇ ਜੇ, ਅਤੇ ਮੈਨੂੰ ਬੜੀ ਪਰੇਸ਼ਾਨੀ ਜੀ ਹੁੰਦੀ ਰਹਿੰਦੀ ਵੀ ਇਕੱਲੇ ਕੀ ਕਰਦੇ ਹੋਣੇ ਆ, ਕਿੱਦਾਂ ਕੰਮ ਕਰਦੇ ਹੋਣਗੇ, ਮੁਸ਼ਕਿਲ ਹੁੰਦੀ ਆ ਜੇ ਤੁਸੀਂ ਹੁਣ ਕੱਲ੍ਹ ਮੰਨ ਲਓ ਠੀਕ ਨਹੀਂ, ਅਤੇ ਮੈਂ ਸੋਚਦਾ ਮੈਂ ਇੱਥੇ ਨਾ ਰਹਿਣਾ ਜੇ ਤੁਹਾਨੂੰ ਬੁਰਾ ਨਾ ਲੱਗੇ ਤੇ। ਹਾਏ ਮੈਨੂੰ ਕਿਉਂ ਬੁਰਾ ਲੱਗ ਰਿਹਾ, ਮੇਰੇ ਉਸ ਤੋਂ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ, ਮੇਰੇ ਤਾਂ ਘਰ ਫਿਰ ਉਹੀ ਰੌਣਕ ਲੱਗ ਜਾਣੀ ਹੈ ਜੀ, ਸਦਕੇ ਪੁੱਤ ਤੁਹਾਡਾ ਆਪਣਾ ਘਰ ਹੈ। ਹਾਂਜੀ ਰਵੋ ਸ਼ਮੀ। ਨਹੀਂ ਨਹੀਂ ਮੰਮੀ ਜੀ, ਇੱਥੇ ਰਿਹਾ ਨਹੀਂ ਸਕਦਾ, ਤੁਹਾਨੂੰ ਪਤਾ ਉੱਥੇ ਕੰਮ ਕੁਰ ਵੀ ਵੇਖਣਾ ਹੁੰਦਾ ਵਾ। ਕੋਈ ਗੱਲ ਨਹੀਂ, ਅਸੀਂ ਤੁਹਾਡੇ ਕੋਲ ਹੀ, ਜਦੋਂ ਤੁਸੀਂ ਕਹੋਗੇ ਉਦੋਂ ਹੀ ਆ ਜਾਇਆ ਕਰਾਂਗੇ। ਕੰਮ ਕਾਰ ਕਿਹੜੇ ਵੇਖਣੇ ਹੁੰਦੇ ਆ, ਇਸ ਤੋਂ ਵੱਡਾ ਕੋਈ ਕੰਮ ਹੈਗਾ ਮਾਂ ਪਿਓ ਦੀ ਸੇਵਾ ਤੋਂ? ਅਮਨ ਨਾ ਸਮਝਦੀ, ਸਾਰੀ ਉਮਰ ਉਹਨਾਂ ਨੇ ਕੰਮ ਕੀਤਾ, ਮੈਂ ਚਾਹੁੰਦਾ ਕਿ ਹੁਣ ਬੈਠ ਕੇ ਅਰਮਾਨ ਨਾਲ ਰੈਸਟ ਕਰਨਾ, ਕੰਮ ਕਾਰ ਮੈਂ ਦੇਖ ਲੂੰਗਾ, ਮੈਂ ਹੈਗਾ ਤਾਂ ਆਵਾਂ। ਸਮਝੋ ਗੱਲ ਨੂੰ, ਮੰਮੀ ਜੀ ਨੇ ਮੰਨਣਾ ਵਾ ਇਹਨਾਂ ਗੱਲਾਂ ਨੂੰ, ਸਮਝ ਗਏ ਕਿਉਂ ਨਹੀਂ ਤੁਸੀਂ? ਮੁੜ ਕੇ ਮੈਨੂੰ ਸੁਣਾਉਂਦੇ ਰਹਿਣਗੇ ਕਿ ਤੂੰ ਮੇਰਾ ਪੁੱਤ ਉੱਥੇ ਰੱਖ ਲਿਆ ਪੱਕਾ। ਮੈਂ ਉਹਨਾਂ ਨੂੰ ਆਪੇ ਮਿਲਾ ਲੂੰਗਾ, ਉਧਰ ਸਾਰੇ ਜਣੇ ਹੈਗੇ ਆ, ਭਾਬੀ ਵੀ ਹੈਗੇ ਆ, ਭਾਜੀ ਵੀ ਹੈਗੇ ਆ, ਮੰਮੀ ਇਕੱਲੇ ਥੋੜੀ, ਇਧਰ ਮੰਮੀ ਇਕੱਲੇ ਹੁੰਦੇ ਮੈਨੂੰ ਬੜੀ ਟੈਨਸ਼ਨ ਹੁੰਦੀ ਆ। ਅੱਜ ਕੀ ਇਤਰਾਜ਼ ਹੈ? ਕੋਈ ਇਤਰਾਜ਼ ਨਹੀਂ ਹੈਗਾ, ਫਿਰ ਕੀ ਹੋ ਗਿਆ? ਮੰਮੀ ਨਹੀਂ ਸਹੀ ਲੱਗਦਾ, ਕੋਈ ਗੱਲ ਨਹੀਂ, ਆਪਣੇ ਘਰ ਹੀ ਠੀਕ ਨੇ, ਆਪਾਂ ਆਉਂਦੇ ਤੇ ਹੈ ਵਾ ਇੱਥੇ। ਸ਼ਮੀ ਜਦੋਂ ਆਪ ਤਿਆਰ ਨੇ ਇੱਥੇ ਆ ਕੇ ਰਹਿਣ ਨੂੰ, ਤੇ ਸਾਨੂੰ ਕੀ ਇਤਰਾਜ਼ ਹੋਣਾ ਚਾਹੀਦਾ ਫਿਰ? ਤੂੰ ਕਿਉਂ ਨਹੀਂ ਮੰਨਦੀ ਬਈ? ਮੰਮੀ ਤੁਹਾਨੂੰ ਪਤਾ ਨਹੀਂ ਹੈ ਮੰਮੀ ਜੀ ਨੇ ਇਤਰਾਜ਼ ਕਰਨਾ ਵਾ, ਇਹ ਤੇ ਐਵੇਂ ਡਏ ਆ। ਮੰਮੀ ਨੇ ਕੀ ਇਤਰਾਜ਼ ਕਰਨਾ, ਮੈਂ ਉਹਨਾਂ ਨੂੰ ਆਪੇ ਸਮਝਾ ਦੂੰਗਾ, ਨਾਲੇ ਉਹਨਾਂ ਨੂੰ ਵੀ ਪਤਾ ਵਾ ਕਿ ਮੰਮੀ ਇਕੱਲੇ ਰਹਿੰਦੇ ਆ। ਤੂੰ ਟੈਨਸ਼ਨ ਨਾ ਲਾ ਕੇ ਇਹ ਗੱਲ ਦੀ, ਮੈਂ ਮੰਮੀ ਨੂੰ ਆਪੇ ਗੱਲ ਕਰ ਲੂੰਗਾ। ਤੇਰਾ ਕਿਉਂ ਨਹੀਂ ਦਿਲ ਕਰਦਾ? ਤੇਰਾ ਹੁਣ ਇੱਥੇ ਜੀ ਨਹੀਂ ਲੱਗਦਾ? ਕੋਈ ਗੱਲ ਹੈ, ਕਿੱਦਾਂ ਦੀਆਂ ਗੱਲਾਂ ਕਰਨ ਡਿਓ ਮੰਮੀ ਤੁਸੀਂ, ਇਹੋ ਜੀ ਕੋਈ ਗੱਲ ਨਹੀਂ ਆ। ਬਸ ਮੈਂ ਵੈਸੇ ਨਹੀਂ ਚਾਹੁੰਦੀ ਮੰਮੀ, ਪਤਾ ਕੀ ਆ, ਜਦੋਂ ਬੰਦਾ ਘਰ ਜਵਾਈ ਬਣ ਕੇ ਰਹਿੰਦਾ ਵਾ ਨਾ, ਬਾਅਦ ਚ ਐਵੇਂ ਫਿੱਕ ਪੈਂਦੀ ਹਰ ਗੱਲ ਚ, ਦੂਰ ਦੂਰ ਥੋੜਾ ਰਿਸ਼ਤੇ ਜਿਹੜੇ ਆ ਨਾ ਬਣੇ ਰਹਿੰਦੇ ਆ। ਮਾਮਾ ਦੀ ਅੱਜ ਕੱਲ੍ਹ ਫਿੱਕ ਪੈਣੀ, ਇੱਥੇ ਕਿਹੜਾ ਕੋਈ ਹੋਰ ਹੈਗਾ ਵਾ, ਹੁਣ ਰਾਤੀ ਮੰਮੀ ਨੇ ਠੀਕ ਹੈਗੇ, ਰੱਬ ਨਾ ਕਰੇ ਕੋਈ ਅਭੀ ਨਬੀ ਹੋਏ, ਆਪਾਂ ਨੂੰ ਆਉਂਦੇ ਟਾਈਮ ਲੱਗਣਾ ਹੀ ਆ, ਕੋਲ ਹੋਵਾਂਗੇ ਤੇ ਜਦੋਂ ਮਰਜ਼ੀ ਆਪਾਂ ਦੇਖ ਲਾਂਗੇ ਇਹ ਗੱਲ। ਹੋਰ ਕੀ, ਚਲੋ ਕੋਈ ਨੀ ਮੰਮੀ, ਵੇਖ ਲਾਂਗੇ, ਸਲਾਹ ਕਰਕੇ ਦੱਸ ਦਾਂਗੇ ਤੁਹਾਨੂੰ। ਤੁਸੀਂ ਇਹਨਾਂ ਦੀਆਂ ਗੱਲਾਂ ਸੁਣਦੇ ਜੇ, ਹੁਣ ਇਹ ਕੁਝ ਕਹਿਣ ਡੇ ਆ ਤੇ ਘਰ ਜਾ ਕੇ ਇਹਨਾਂ ਨੇ ਕੁਝ ਕਹਿਣਾ ਵਾ। ਅਮਨ ਤੂੰ ਤੇ ਪੁੱਤਰ ਮੇਰੀ ਟੈਨਸ਼ਨ ਰੱਖਦਾ, ਆ ਹੀ ਨਹੀਂ ਰੱਖਦੀ, ਰੱਖਦੀ ਹੋਵੇ ਟੈਨਸ਼ਨ ਤੇ ਕਵੇ ਨਾ ਮੰਮੀ, ਚੱਲ ਕੋਈ ਗੱਲ ਨੀ ਰਹਿ ਲੈਂਦੇ ਅਸੀਂ ਇੱਥੇ। ਮੰਮੀ ਕਿੱਦਾਂ ਦੀਆਂ ਤੁਸੀਂ ਗੱਲਾਂ ਕਰਨ ਡੇ ਜੇ, ਦੱਸ ਤੁਹਾਡੀ ਧੀ ਨੂੰ ਤੁਹਾਡੀ ਟੈਨਸ਼ਨ ਨਹੀਂ ਹੋਊਗੀ ਲੱਗਦਾ ਤੁਹਾਨੂੰ? ਇੱਦਾਂ ਟੈਨਸ਼ਨ ਹੋਵੇ ਤੇ ਤੂੰ ਕਵੇ ਨਾ ਵੀ ਰਹੀਏ ਇੱਥੇ। ਸ਼ਮੀ ਸ਼ਮੀ ਸਭ ਠੀਕ ਠਾਕ ਹੈ ਨਾ? ਹਾਂਜੀ ਹਾਂਜੀ ਮੰਮੀ ਸਾਰਾ ਕੁਛ ਠੀਕ ਹੈ, ਮੈਨੂੰ ਬਸ ਉਹਨੇ ਮੇਰੇ ਨਾਲ ਗੱਲ ਨਹੀਂ ਨਾ ਕੀਤੀ ਇਹ ਵਾਰੀ, ਮੈਂ ਤਾਂ ਹੈਰਾਨ ਜੀ ਹੋ ਗਈ ਹਾਂ। ਮੈਂ ਤਾਂ ਹੀ ਮੈਂ ਕਿਹਾ ਤੁਹਾਨੂੰ ਸਰਪ੍ਰਾਈਜ਼ ਦਿੰਦਾ ਉੱਥੇ ਜਾ ਕੇ। ਬਾਕੀ ਮੰਮੀ ਨਾਲ ਗੱਲ ਕਰਕੇ ਵੇਖ ਲਈ, ਕੋਈ ਗੱਲ ਨਹੀਂ, ਆਹੋ ਚਲੋ ਦੱਸ ਦਾਂਗੀ ਤੁਹਾਨੂੰ ਮੈਂ, ਪੁੱਛ ਕੇ ਮੰਮੀ ਨੂੰ ਨਾ, ਸਲਾਹ ਨਹੀਂ ਆ ਪਰਿਵਾਰ ਦੀ ਹੈ ਨਾ, ਇਹਦਾ ਥੋੜਾ ਚੰਗਾ ਲੱਗਦਾ ਵਾ। ਨਾ ਨਾ ਨਾ, ਅਗਲੇ ਕਹਿਣਗੇ ਕਿ ਵਿਆਹ ਕਦਾ ਕਰਾਇਆ ਸਾਡਾ ਪੋਤੀ ਉਧਰ ਲੈ ਗਈ ਆ। ਨਾ ਇਹ ਗੱਲ ਨਹੀਂ ਕਰਾਉਣੀ ਅਸੀਂ ਬਿਲਕੁਲ ਵੀ, ਨਾ ਉਹਨਾਂ ਦੇ ਕਿੰਨੇ ਕਿਆ ਤੁਹਾਨੂੰ ਪਤਾ ਹੈ ਨਾ, ਖਾਲੀ ਕਰੋ ਜਲਦੀ ਜਲਦੀ ਦੁਕਾਨ ਮੰਮੀ, ਚੱਲ ਦੇ ਦੋ ਇਹਨਾਂ ਨੂੰ, ਕੋਈ ਨੀ ਆਪਣਾ ਸਮਾਨ ਸਮੂਨ ਰੱਖ ਲੈਣਗੇ, ਕੋਈ ਕੰਮ ਕੁੰਮ ਕਰਨਗੇ, ਕੰਮ ਤੇ ਚੱਲ ਅੱਗੇ ਬਥੇਰਾ ਵਾ, ਮੈਂ ਚੱਲ ਇਹ ਵੀ ਕਰ ਲੋ ਨਾਲ, ਹੁਣ ਕੋਈ ਨੀ ਕੰਮ ਤੇ। ਹਾਂਜੀ ਲੈ ਜਾ ਚਾਬੀ।
ਬੇਸ਼ਕ ਮੰਮੀ ਸਾਰਾ ਕੁਛ ਸਾਡਾ ਹੀ ਹੈ, ਪਰ ਜਿੰਦੇ ਜੀ ਬੰਦੇ ਨੂੰ ਹਰ ਚੀਜ਼ ਦੀ ਲੋੜ ਹੁੰਦੀ ਹੈ, ਕਦੀ ਵੀ ਸਮਝੋ ਗੱਲ ਮੇਰੇ ਨਾਲ ਤੂੰ ਹੈਗੀ ਹੈ, ਹਾਂਜੀ ਅਮਨ ਮੇਰੇ ਨਾਲ, ਮੈਨੂੰ ਦੱਸ ਕਿਸ ਚੀਜ਼ ਦੀ ਲੋੜ ਪਏਗੀ। ਚਾਬੀ ਫੜ ਲੋ ਦੁਕਾਨ ਦੀ, ਚਾਬੀ ਲੈ ਜਾ ਤੇ ਮੈਂ ਤੈਨੂੰ ਛੱਡ ਆਵਾਂ, ਫਿਰ ਬਾਅਦ ਸ਼ਾਮੀ ਲੈ ਆਊਂਗਾ। ਤੇ ਤੁਸੀਂ ਵੀ ਤੇ ਚੱਲੋ ਨਾ ਨਾਲ, ਮੈਂ ਫਿਰ ਰਹਿਣਾ ਇੱਥੇ ਮੰਮੀ ਕੋਲ, ਮੰਮੀ ਠੀਕ ਨਹੀਂ ਹੋਣੀ ਕੱਲੇ ਆ ਕਰੇ। ਅਮਨ ਤੁਸੀਂ ਉੱਥੇ ਘਰ ਸਲਾਹ ਤੇ ਕਰੋ ਪਹਿਲੇ। ਸਲਾਹ ਕੀ ਕਰਨੀ ਆ, ਸਲਾਹ ਮੰਮੀ ਨਾਲ ਮੈਂ ਕਰ ਲਾਂਗਾ। ਜਦੋਂ ਰਹਿਣਾ ਚਾਹੁੰਦੇ ਦਿਲ ਤੇ ਮੁੱਕੀ ਤਾਂ ਪਲੀਜ਼ ਮੰਮੀ, ਮੰਮੀ ਜੀ ਤੇ ਘਰ ਨਹੀਂ ਆ, ਆਪਾਂ ਉਹਨਾਂ ਨਾਲ ਵੀ ਕੋਈ ਸਲਾਹ ਨਹੀਂ ਕੀਤੀ ਹੈਗੀ, ਏਦਾਂ ਚੰਗਾ ਲੱਗਦਾ ਵਾ? ਦੱਸ ਇਹ ਤੇ ਆਪਣੀਆਂ ਮਾਰਦੇ ਰਹਿੰਦੇ ਆ। ਮੈਂ ਤੁਹਾਨੂੰ ਕਿਹਾ ਨਾ ਬਾਅਦ ਚ ਨੌਹਾਂ ਨੂੰ ਸੁਣਨੀ ਪੈਂਦੀ ਹਰ ਗੱਲ, ਉਹਨਾਂ ਕਹਿਣਾ ਇਹਦੀ ਸਲਾਹ ਹੋਣੀ ਆ ਤੇ ਉੱਥੇ ਛੱਡ ਆਈ ਮੁੰਡੇ ਨੂੰ। ਚੱਲ ਚੱਲੀਏ ਫਿਰ ਮੰਮੀ ਨਾਲ ਸਲਾਹ ਕਰਕੇ ਆ ਜਾਂਦੇ। ਹਾਂ ਤੁਸੀਂ ਸਲਾਹ ਕਰਕੇ ਨਾ ਪਰਿਵਾਰ ਤੇ ਫਿਰ ਆ, ਚਾਬੀ ਲੈ ਲੈਣਾ, ਮੈਂ ਸਮਾਨ ਲਾਣਾ ਤਾਂ ਦੁਕਾਨ ਤੇ। ਤੂੰ ਵੀ ਨਾਲ ਆ ਜੀ। ਠੀਕ ਆ ਮੰਮੀ। ਹਾਂ ਕੋਈ ਗੱਲ ਨਹੀਂ, ਤੇ ਮੈਨੂੰ ਫੋਨ ਕਰੀ ਜਰਾ। ਹਾਂ ਕੋਈ ਗੱਲ ਨਹੀਂ, ਚਲੋ ਮੰਮੀ ਠੀਕ ਆ ਫਿਰ ਆਪਾਂ ਚੱਲਦੇ। ਠੀਕ ਆ, ਆ ਜਾਣਾ ਹੁਣੇ ਸਾਹਿਲ ਨੇ ਕਹਿੰਦਾ ਸੀ ਮੈਂ ਹੁਣੇ ਆਵਾਂਗਾ। ਅੱਛਾ, ਤੁਹਾਨੂੰ ਡਾਕਟਰ ਕੋਲ ਲੈ ਚੱਲਾਂਗਾ। ਆਹੋ ਤੁਸੀਂ ਦਵਾਈ ਲੈ ਆਇਓ ਵਿਖਾ ਕੇ, ਚੰਗਾ? ਆਹੋ ਤੇ ਕਹਿੰਦਾ ਸੀ ਮੈਂ ਹੁਣੇ ਆ ਜਾਵਾਂਗਾ ਤੇ ਉਹ ਆਏਗਾ ਤੇ ਫਿਰ ਮੈਂ ਚਲੀ ਜਾਊਂਗੀ। ਮੇਰੀ ਗੱਲ ਸੁਣੋ, ਕੀ ਚਲਾਕੀ ਵਰਤੀ ਆ? ਅਸੀਂ ਮੈਂ ਉੱਥੇ ਘਰ ਜਵਾਈ ਬਣ ਕੇ ਰਹਿਣਾ, ਉੱਥੇ ਕਦ ਲਈ ਰਹਿਣਾ ਤੁਸੀਂ? ਤੇ ਚਲਾਕੀ ਵਾਲੀ ਕਿਹੜੀ ਗੱਲ ਆ ਯਾਰ, ਮੈਂ ਤਾਂ ਭਲਾ ਹੀ ਸੋਚਣ ਦਿਆ ਮੰਮੀ ਦਾ ਵੀ ਮੰਮੀ ਇਕੱਲੇ ਰਹਿੰਦੇ ਆ। ਅੱਛਾ, ਬੜਾ ਭਲਾ ਸੋਚ ਲਿਆ ਮੰਮੀ ਦਾ, ਬਹੁਤ ਹੋ ਗਿਆ। ਮੈਨੂੰ ਪਤਾ ਜਿਹੜਾ ਤੁਸੀਂ ਭਲਾ ਸੋਚਣਾ ਚਾਹੁੰਦੇ ਜੀ, ਚੁੱਪ ਕਰਕੇ ਨਾ ਆਪਣੇ ਘਰ ਰਹੋ। ਯਾਰ ਇਹ ਚ ਗਲਤ ਵੀ ਕੀ ਆ, ਮੈਂ ਤਾਂ ਉਹੀ ਕਰਦਾ ਜੋ ਇੱਕ ਜਵਾਈ ਨੂੰ ਕਰਨਾ ਚਾਹੀਦਾ ਵਾ, ਮੈਂ ਕਰਨ ਦਿਆ ਉਹ ਗਲਤ ਕਿਉਂ ਹੁੰਦਾ? ਨਾ ਤੁਸੀਂ ਇੱਥੇ ਮੇਰੇ ਨਾਲ ਕੋਈ ਸਲਾਹ ਕੀਤੀ, ਇੱਕਦਮ ਉੱਥੇ ਗੱਲ ਕੱਢ ਮਾਰੀ ਅਸੀਂ ਮੈਂ ਘਰ ਜਵਾਈ ਬਣ ਕੇ ਰਹਿਣਾ, ਨਾਲੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਮੈਂ ਇਹ ਗੱਲ ਦੀ ਮਨਜ਼ੂਰੀ ਨਹੀਂ ਦਿੰਦੀ ਤੁਹਾਨੂੰ ਕਿ ਤੁਸੀਂ ਉੱਥੇ ਰਹੋ। ਯਾਰ ਮੈਂ ਤਾਂ ਨਹੀਂ ਤੇਰੇ ਨਾਲ ਗੱਲ ਕੀਤੀ, ਮੈਂ ਕਿਹਾ ਚੱਲ ਤੈਨੂੰ ਸਰਪ੍ਰਾਈਜ਼ ਦਊਂਗਾ ਉੱਥੇ ਜਾ ਕੇ ਮੰਮੀ ਨਾਲ ਗੱਲ ਕਰਕੇ। ਸਾਹਿਲ ਹੈਗਾ ਵਾ, ਉਹ ਆਪੇ ਕੰਮ ਕਰ ਵੇਖ ਲੈਂਦਾ ਸਾਰੇ, ਨਾਲੇ ਮੈਂ ਹੈਗੀ ਆ, ਜਦੋਂ ਲੋੜ ਆ ਨਾ ਉਦੋਂ ਆਪਾਂ ਚੱਲ ਜਾਂਗੇ ਮੰਮੀ ਜੀ ਕੋਲ, ਲੋੜ ਨਹੀਂ ਹੈਗੀ ਉੱਥੇ ਰਹਿਣ ਦੀ। ਯਾਰ ਤੂੰ ਸਮਝਦੀ ਕਿਉਂ ਨਹੀਂ ਆ, ਉਹ ਇਕੱਲੇ ਵਿਚਾਰੇ ਕੱਲ ਠੀਕ ਨਹੀਂ ਸੀ ਤੇ ਉਹਨਾਂ ਨੇ ਆਪਾਂ ਨੂੰ ਫੋਨ ਵੀ ਕੀਤਾ ਨਹੀਂ ਆ। ਤੇ ਤੁਸੀਂ ਉੱਥੇ ਰਸੋਈ 'ਚ ਭਾਂਡੇ ਮਾਂਜਣੇ ਆ ਕਿ ਕੱਪੜੇ ਮਸ਼ੀਨ ਲਾਉਣੀ ਆ? ਹੋਰ ਬਥੇਰੇ ਕੰਮ ਬੰਦਾ ਲੱਗੇ ਹੋਣਾ ਚਾਹੀਦਾ ਵਾ। ਤੇ ਆ ਦੁਕਾਨ ਕੀ ਕਰਨ ਨੂੰ ਲੈਣ ਦੇ ਜੀ ਫਿਰ, ਇਹਨੂੰ ਚਲਾਉਣਾ ਨਹੀਂ ਆ? ਆਹੋ ਦੁਕਾਨ ਫਿਰ ਉੱਥੇ ਉੱਧੇ ਰਹਿਣ ਦੇਣਾ ਵਾ? ਦੁਕਾਨ ਤੇ ਚਲਾਉਂਗਾ ਕੋਈ ਗੱਲ ਨਹੀਂ, ਮੈਂ ਰਾਤ ਦੀ ਗੱਲ ਕਰਦਾ ਵਾ, ਰਾਤ ਨੂੰ ਬੰਦਾ ਉੱਥੇ ਰਵੇ। ਲੋੜ ਨਹੀਂ ਹੈਗੀ ਉੱਥੇ ਰਹਿਣ ਦੀ, ਮੈਂ ਕਹਿਤਾ ਤੇ ਬਸ ਕਹਿਤਾ ਨਹੀਂ ਰਹਿਣਾ ਆਪਾਂ ਉੱਥੇ, ਜਦੋਂ ਲੋੜ ਆ ਮੰਮੀ ਜੀ ਨੂੰ ਆਪਾਂ ਦੋਵੇਂ ਜਣੇ ਜਾਇਆ ਕਰਾਂਗੇ ਤੇ ਬਸ। ਯਾਰ ਮੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਚਾਹੁੰਦੀ ਕੀ ਆ, ਇੱਕ ਤਾਂ ਮੈਂ ਭਲਾ ਕਰਨ ਦਿਆਂ ਵਾਂ ਤੇ ਉੱਥੋਂ ਤੂੰ ਮੈਨੂੰ ਗਲਤੀ ਕਰੀ ਜਾਂਦੀ ਆ। ਇੰਨਾ ਭਲਾ ਨਹੀਂ ਨਾ ਕਰੀਦਾ ਕਿਸੇ ਦਾ, ਇਹੋ ਹੀ ਮੈਂ ਸਮਝਾਉਣ ਡਈ ਆ। ਠੀਕ ਠੀਕ ਸਹੀ ਗੱਲ, ਮਤ ਦੇਣ ਦੀ ਆ ਕਿ ਵਾਕਿਆ ਕਿਸੇ ਦਾ ਭਲਾ ਕਰਨਾ ਨਹੀਂ ਚਾਹੀਦਾ। ਹਾਂ ਕਰਨਾ ਨਹੀਂ ਚਾਹੀਦਾ, ਜਿੰਨਾ ਤੈਨੂੰ ਕਮਾ ਸਕੋ ਉਹਨਾਂ ਤੋਂ ਤਾਂ ਚੜਦੀ ਆ। ਚਾਬੀ ਲੈ ਜਾਓ ਤੇ ਆਪਣੀ ਦੁਕਾਨ ਵੇਖੋ ਜਾ ਕੇ। ਚਾਬੀ ਲੈ ਜਾ, ਮੈਂ ਕੋਈ ਗਲਤ ਕੰਮ ਕਰਨ ਦੇ ਪੁੱਛ ਕੇ ਵੇਖਾਂ ਕਿਸੇ ਨੂੰ, ਇਹ ਗਲਤ ਗੱਲ ਸੋਚਣ ਦਿਆ ਮੈਂ। ਤੈਨੂੰ ਪਤਾ ਨਹੀਂ ਕੀ ਹੋਇਆ ਅੱਜ ਕੱਲ੍ਹ ਫੋਨ ਫੋਨ ਚੜੀ ਰਹਿੰਦੀ ਆ। ਪਤਾ ਜਿਹੜਾ ਭਲਾ ਕਰਨ ਦੇ ਜੇ ਤੁਸੀਂ,
ਚੰਗੀ ਤਰ੍ਹਾਂ ਜਾਣਦੀ ਤੁਹਾਨੂੰ, ਉੱਥੇ ਬਹਿ ਕੇ ਜਿਹੜੀ ਮਾਂ ਦਾ ਦਿਲ ਜਿੱਤਣਾ ਆ ਨਾ, ਤੇ ਉਹਦੇ ਕੋਲ ਹੌਲੀ ਹੌਲੀ ਸਾਰੀਆਂ ਚੀਜ਼ਾਂ ਦੀ ਕੁੰਜੀ ਫੜਨੀ ਆ। ਮੈਨੂੰ ਭਲਾ ਪਤਾ ਨਹੀਂ ਇਹ ਕਿਹੜੀ ਸੇਵਾ ਹੋਣ ਲੱਗੀ ਆ ਵੱਡੇ ਹਮਦਰਦੀ। ਉਹਨੂੰ ਵਿਚਾਰੀ ਨੂੰ ਤਾਂ ਕੁਛ ਪਤਾ ਨਹੀਂ, ਉਹ ਕਹਿੰਦੀ ਮੇਰਾ ਜਵਾਈ ਇਹ ਇੱਥੇ ਰਹਿਣਾ ਚਾਹੁੰਦਾ, ਮੇਰੀ ਸੇਵਾ ਕਰਨਾ ਚਾਹੁੰਦਾ। ਉਹਨੂੰ ਕੀ ਪਤਾ ਕਿ ਜਿੱਡਾ ਚਾਲਬਾਜ ਇਹ ਬੰਦਾ ਵਾ ਉੱਡਾ ਤਾਂ ਕੋਈ ਹੈ ਹੀ ਨਹੀਂ ਆ। ਅਜੇ ਤੈਨੂੰ ਇਹ ਨਹੀਂ ਪਤਾ ਹੈਗਾ ਕਿ ਜ਼ਮੀਨ ਏਅਰਪੋਰਟ 'ਚ ਆ ਗਈ ਹੈ। ਜਿੱਦਣ ਇਹਨੂੰ ਇਹ ਗੱਲ ਦਾ ਪਤਾ ਲੱਗ ਗਿਆ ਇਹਨੇ ਪਤਾ ਨਹੀਂ ਕੀ ਕਰਨਾ, ਉੱਦਣ ਤਾਂ ਭਾਵੇਂ ਇੱਥੋਂ ਬੋਰੀ ਬਿਸਤਰਾ ਚੁੱਕ ਕੇ ਤਾਂ ਸੱਚੀ ਮਾਂ ਦੇ ਘਰ ਚੱਲ ਜਾਏ। ਨਾਲੇ ਉਹ ਕੱਲੀ ਕੱਲੀ ਹੈਗੀ ਆ, ਉਹਦਾ ਕਿਹੜਾ ਕੋਈ ਭੈਣ ਭਰਾ ਹੈਗਾ ਵਾ, ਨਾ ਉਹਦਾ ਪਿਓ ਆ ਸਿਰ ਤੇ, ਸਮਾਂ ਤੁਸੀਂ ਸਾਥ ਦੇਣਾ ਵਾ ਵੱਡੇ ਭਰਾ ਜੇ ਤੁਸੀਂ ਉਹਦੇ ਇੱਕ ਹਿਸਾਬ ਨਾਲ। ਯਾਰ ਮੈਂ ਇਸੇ ਕਰਕੇ ਤਾਂ ਕਹਿੰਦਾ ਵੀ ਚੱਲ ਜੇ ਕੱਲੀ ਕੱਲੀ ਆ, ਜੇ ਉਹਨੂੰ ਦੇ ਵੀ ਦੇਣਗੇ ਤਾਂ ਉਹਨੂੰ ਕੀ ਫਰਕ ਪੈ ਚੱਲਿਆ, ਉਹਨੇ ਨਾਲ ਲੈ ਕੇ ਜਾਣੀ ਕਿ ਨਹੀਂ। ਤੁਸੀਂ ਗੱਲ ਸਮਝਦੇ ਕਿਉਂ ਨਹੀਂ ਹੋ, ਸਾਰਾ ਕੁਝ ਅਮਨ ਦਾ ਹੀ ਆ, ਜੇ ਸ਼ੰਮੀ ਦਾ ਵਾ ਤੇ ਅਮਨ ਦਾ ਹੀ ਆ, ਕੱਲ ਉਹਨਾਂ ਨੇ ਕਿਹਨੂੰ ਦੇਣਾ, ਅਮਨ ਨੂੰ ਹੀ ਦੇਣਾ ਵਾ, ਉਹ ਆਪਣੀ ਖੁਸ਼ੀ ਨਾਲ ਦੇ ਦੇਣ, ਉਹ ਗੱਲ ਵੱਖਰੀ ਆ। ਅਮਨ ਤੇ ਆ ਖੋਣ ਨੂੰ ਫਿਰਨ ਦੇ ਆ, ਵਾਹੀ ਕਹਿੰਦੇ ਖੁਸ਼ੀ ਨਾਲ ਦੇਣ, ਅਮਨ ਦਾ ਵੀ ਕੋਈ ਕੰਮਕਾਰ ਚੱਲੂਗਾ, ਉਹ ਵੀ ਕਿਤੇ ਕੰਮ ਦੇ ਆਰੇ ਲੱਗੂਗਾ, ਇਦਾਂ ਤੇ ਉਹ ਵੀ ਵਿਹਲਾ ਫਿਰਦਾ ਰਹਿੰਦਾ। ਦੁਕਾਨ ਕਿੰਨਾ ਚਿਰ ਨਾ ਦੇਣਗੇ, ਵੇਖਾਂਗੇ ਨਾ ਕਿੰਨਾ ਕੰਮ ਕਰਦਾ ਵਾ। ਮੈਨੂੰ ਤਾਂ ਤੁਹਾਡੀ ਨੀ ਸਮਝ ਲੱਗਦੀ, ਤੁਸੀਂ ਸਾਨੂੰ ਸਮਝਾਉਂਦੇ ਸਾਨੂੰ ਨੀ ਸਮਝ ਲੱਗਦੀ, ਨਹੀਂ ਕਹਿੰਦੇ ਮੁੰਡਾ ਕੰਮ ਤੇ ਲੱਗ ਜੂਗਾ ਅਮਨ। ਹਾਂ ਜਿੰਨਾ ਕੁ ਤੁਸੀਂ ਕੰਮ ਤੇ ਲੱਗ ਗਏ ਉਹਨਾਂ ਕੋਲ ਲੱਗ ਜੂਗਾ। ਨਾਲੇ ਮੇਰੀ ਇੱਕ ਗੱਲ ਸੁਣ ਲਓ, ਮੈਂ ਆਪਣੇ ਪੇਕੇ ਮਨਾ ਕਰ ਦਿੱਤਾ ਵਾ ਕਿ ਮੈਂ ਕੋਈ ਖਰਚਾ ਨਹੀਂ ਹੁਣ ਇੱਥੋਂ ਲੈਣਾ, ਸਾਰਾ ਖਰਚਾ ਤੁਸੀਂ ਦਿਆ ਕਰਨਾ ਹੁਣ ਮੈਨੂੰ। ਤੇਰਾ ਦਿਮਾਗ ਖਰਾਬ ਹੋ ਗਿਆ, ਸਾਰਾ ਖਰਚਾ ਮੈਂ ਦਿਆ ਕਰਨਾ? ਕਿਉਂ, ਸਾਰੀ ਉਮਰ ਮੈਂ ਠੇਕਾ ਲਿਆ ਕਿ ਉੱਥੋਂ ਪੇਕਿਆਂ ਨੇ ਮੈਨੂੰ ਦੇਣਾ ਵਾ, ਉਹਦੇ ਵਿਆਹ ਕੇ ਮੈਨੂੰ ਵਕਤ ਨੂੰ ਫੜੇ ਗਏ, ਇੱਕ ਦਾ ਪਹਿਲੇ ਖਰਚਾ ਕਰਦਾ ਸੀ ਆਪਣੀ ਧੀ ਨੂੰ ਉੱਥੇ ਬਿਠਾ ਕੇ, ਚੱਲ ਉਹਨਾਂ ਨੇ ਖਵਾਉਣਾ ਬਣਾ, ਹੁਣ ਤੁਸੀਂ ਸਾਰੇ ਟੱਬਰ ਖਾਣ ਦੇ ਚ। ਮੇਰੀ ਗੱਲ ਸੁਣ ਲਾ, ਆਹ ਕਦਮ ਨਾ ਚੁੱਕੀ, ਜਿੱਦਾਂ ਚੱਲਣ ਦਿਆ ਨਾ ਉਦਾਂ ਚੱਲਣ ਦੇ, ਆਪਣੀਆਂ ਨਾ ਵਿੱਚ ਮਾਰੀ ਜਾਇਆ ਕਰ ਸਿਆਣਪਾ ਜੀ। ਆ ਕਦਮ ਚੁੱਕਣਾ ਕੀ ਆ, ਕਦਮ ਮੈਂ ਚੁੱਕ ਆਈ ਆ, ਮੈਂ ਆਪਣੀ ਮੰਮੀ ਨੂੰ ਕਹਿ ਆਈ ਆ ਅੱਜ ਤੋਂ ਬਾਅਦ ਕੋਈ ਖਰਚਾ ਨਹੀਂ ਮੈਂ ਤੁਹਾਡੇ ਕੋਲ ਲੈਣਾ, ਜੋ ਵੀ ਖਰਚਾ ਲੈਣਾ ਮੈਂ ਇੱਥੋਂ ਲੈਣਾ, ਭਾਵੇਂ ਤੁਸੀਂ ਦਿਓ ਤੇ ਭਾਵੇਂ ਨਾ ਦਿਓ, ਮੈਂ ਵੇਖੂਗਾ ਨਾ ਕਿੱਦਾਂ ਨੀ ਖਰਚਾ ਲਿਆਉਂਦੀ ਨੂੰ, ਆਪਣੀ ਮਰਜ਼ੀ ਨਾਲ ਹੀ ਬੰਦ ਕਰ ਦੇਗੀ। ਇੱਥੇ ਕੀ ਖਾਣਾ ਪੀਣਾ ਫਿਰ? ਕਿਉਂ, ਹੱਡ ਪੈਰ ਦਿੱਤੇ ਰੱਬ ਨੇ ਚੰਗੇ ਭਲੇ ਆ, ਕਮਾਓ, ਕਮਾਇਆ ਨੀ ਜਾਂਦਾ, ਉਹ ਪਰਮਾਤਮਾ ਦੇ ਦਿੰਦੇ ਆ ਨਾ ਸਾਨੂੰ, ਕਈ ਐਸ਼ ਕਰਨ ਦੇ ਵਹਿੰਦੇ ਆ, ਕਿਲੋ ਕੁ ਤੱਕ ਪਰਮਾਤਮਾ ਦਿੰਦਾ ਵਾ। ਅੱਗੇ ਤੇਰੀ ਮਾਂ ਮੈਨੂੰ ਕੀ ਦੇਣ ਦੀ ਆ, ਝੁੰਗੇ ਚ 20,000 ਰੁਪਇਆ ਦੇਣ ਦੀ ਆ, ਮੈਂ ਤਾਂ ਸਗੋਂ ਕਹਿੰਦਾ ਜ਼ਿਆਦਾ ਨਾ ਲਵਾ, ਤੂੰ ਖਰਚਾ ਵੀ ਬੰਦ ਕਰਾ ਦੇ ਜਿਹੜਾ ਹੋ ਗਿਆ। ਤੁਹਾਨੂੰ ਆਹ ਗੱਲਾਂ ਕਹਿੰਦੇ ਵੀ ਸ਼ਰਮ ਨੀ ਆਉਂਦੀ? ਉਹਨਾਂ ਨੇ ਕਿਉਂ ਖਰਚਾ ਦੇਣਾ ਵਾ, 20,000 ਦੇਣ ਦੇ ਇਹ, ਉਹ ਵੀ ਨੀ ਦੇਣਾ ਚਾਹੀਦਾ, ਜੋ ਮੈਂ ਵਿਆਹ ਹੀ ਆਈ ਆ ਨਾ, ਉਹਨਾਂ ਕੋਈ ਖਰਚਾ ਲੈ ਲਿਆ ਆਪਣਾ ਇੱਥੇ ਡਈ ਆ, ਤੁਹਾਡਾ ਕੋਈ ਫਰਜ਼ ਨੀ ਬਣਦਾ, ਤੁਹਾਡਾ ਇਹ ਫਰਜ਼ ਹੀ ਬਸ ਵਿਆਹ ਕਰਾ ਲਿਆ ਤੇ ਬਸ, ਚੁੱਪ ਕਰਕੇ ਜਿਹੜਾ ਖਰਚਾ ਬਚਣ ਉਹ ਲਿਆਈ ਜਾ ਚੁੱਪ ਕਰਕੇ ਆਪਣੀ ਮਾਂ ਕੋ। ਮੈਂ ਕੋਈ ਖਰਚਾ ਨੀ ਲਿਆਉਣਾ, ਤੁਸੀਂ ਇੱਥੇ ਖਰਚਾ ਦਓਗੇ ਠੀਕ ਆ, ਨਹੀਂ ਦਓਗੇ ਕੋਈ ਗੱਲ ਨੀ, ਜਿੱਦਾਂ ਤੁਸੀਂ ਰਹੇ ਹੋ ਉਦਾਂ ਹੀ ਮੈਂ ਵੀ ਬੈਠੀ ਰਹੂੰਗੀ। ਮੇਰੀ ਗੱਲ ਸੁਣ ਲਾ, ਮੇਰੇ ਕੋਲ ਨਹੀਂ ਦਿੱਤਾ ਜਾਂਦਾ, ਤੈਨੂੰ ਲਿਆਉਣਾ ਪੈਣਾ ਉੱਥੋਂ ਤੇ ਲੈ ਕੇ ਆ ਚੁੱਪ ਕਰਕੇ।